ਪਰ ਤਾਂ ਆ ਜੀ ਇਹ ਰਾਣੇ ਨੇ ਐਤ ਕੀ ਸਾਡੇ ਨਾਲ ਜ਼ਿਆਤੀ ਕੀਤੀ ਹੈ ਮੈਂ ਤੁਹਾਨੂੰ ਦੱਸ ਦਿਆਂ ਅਭੀ ਵੀ ਆਪਤੀ ਕਰ ਲਈਏ ਇਹ ਕੌਣ ਨੇ ਚਾਚਾ ਇਹ ਕੌਣ ਬੈਠੇ ਰਹੇ ਵਾ ਅਸੀਂ ਹੁਣ ਕੌਣ ਹੋ ਗਏ ਆ ਓਏ ਆਹੋ ਤੁਹਾਡਾ ਕੋ ਤਲਕ ਹੀ ਨਹੀਂ ਰਿਹਾ ਤੇ ਸਾਡੇ ਆਸੇ ਤੇ ਕੌਣ ਨਹੀਂ ਹੋਣਾ ਕੌਣ ਹੋਗੇ ਸਾਡੇ ਪਾਸ ਇਹਦਾ ਤਾਂ ਭਾਈਆ ਤਲਕ ਮਰ ਕੇ ਵੀ ਨਹੀਂ ਖਤਮ ਹੋ ਸਕਦਾ ਇੱਕ ਮਿੰਟ ਇੱਕ ਮਿੰਟ ਯਾਰ ਇੱਕ ਮਿੰਟ ਮੈਨੂੰ ਵੀ ਤਾਂ ਬਤਾਈਏ ਆਖਰ ਹੁਆ ਕੀ ਹੈ ਕਿਸ ਬਾਤ ਪਰ ਰੀਸਾ ਸਾਹਿਬ ਐਤ ਕੀ ਮੈਂ ਪਿੰਡ ਆਲੇ ਨਾਲ ਵਾਦਾ ਕੀਤਾ ਕਿ ਗੰਦਮ ਦੀ ਕਟਾਈ ਮੈਂ ਕਰਾਂਗਾ ਤਾਂ ਕਿ ਪਿੰਡ ਆਲੇ ਨੂੰ ਫਾਇਦਾ ਹੋ ਜਵੇ ਮੈਂ ਮਸ਼ੀਨ ਲੈ ਕੇ ਆਏ ਤੇ ਗੰਦਮ ਦੀ ਕਟਾਈ ਆਸਤੇ ਇਹ ਰਾਣਾ ਆਪਣੇ ਪਿੰਡੋਂ 20 ਪੰਜੀ ਬੰਦੇ ਲਿਆ ਕੇ ਇਹਨੇ ਗੰਧਮ ਦੀ ਕਟਾਈ ਕਰਾਤੀ ਤੇ ਮੈਨੂੰ ਉਹਦਾ ਕਿਰਾਇਆ ਪੈ ਗਿਆ ਮਸ਼ੀਨ ਦਾ ਗੱਲ ਗੱਲ ਕਰੋ ਸੂਲ ਦੀ ਆਹ ਦੇਖੋ ਆਪਣਾ ਬਾਉ ਜੀ ਗੱਲੇ ਵੇ ਪਛੌਰੀ ਸਾਹਿਬ ਤੁਸੀਂ ਵੀ ਕੰਨ ਖੋਲ ਕੇ ਸੁਣੋ ਜਰਾ ਕੇਸ ਹੋਇਆ ਕੀ ਬਿਸਮਿਲਲਾਹ ਜੀ ਬਿਸਮਿਲਲਾਹ ਦੇਖੋ ਗੰਧਮ ਦੀ ਕਟਾਈ ਜਦੋਂ ਨੇੜੇ ਆਉਂਦੀ ਹੈ ਨਾ ਤਾਂ ਸਾਰਿਆਂ ਨੂੰ ਵਾਢੀਆਂ ਦੀ ਪੈ ਜਾਂਦੀ ਹੈ ਬਿਲਕੁਲ ਇਹ ਜਿਹੜਾ ਭਤੀਜਾ ਜੇ ਮੇਰਾ ਇਹ ਬੜਾ ਚਲਾਕ ਆਦਮੀ ਹੈ ਇਨੇ ਜਨਾਬ ਕਟਾਈ ਦਾ ਰੇਟ ਐਡਾ ਥੱਲੇ ਸੁੱਟ ਦਿੰਦਾ ਜਾਣਬੋਝ ਕੇ ਅੱਛਾ ਇਹਨੇ ਸਾਰਾ ਫੈਲਾ ਦਿੱਤਾ ਜੀ ਐਤ ਕੀ ਰੇਟ ਬੜਾ ਥੱਲੇ ਆ ਗਿਆ ਕਟਾਈ ਦਾ ਆਹ ਉਹ ਮਜ਼ਦੂਰ ਵਿਚਾਰੇ ਸਾਡੇ ਪਿੰਡ ਦੇ ਸਾਰੇ ਸ਼ਹਿਰਾਂ ਨੂੰ ਲੁੱਟੁਰ ਕੇ ਦਿਹਾੜੀਆਂ ਲਾਣ ਅੱਛਾ ਹਰ ਮਜ਼ਦੂਰ ਪਿੰਡ ਦਾ ਦਿਹਾੜੀਆਂ ਛੱਡ ਕੇ ਸ਼ਹਿਰੋਂ ਵਾਪਸ ਪਿੰਡ ਪਹੁੰਚਦਾ ਤਾਂ ਕਿ ਕਟਾਈ ਕਰਨੀ ਹੈ ਬਿਲਕੁਲ ਨਹੀਂ ਚਾਰ ਪੈਸੇ ਵੱਧ ਲੱਭਣ ਦੇ ਨਾਲ ਦਾਣੇ ਵੀ ਲੱਭ ਜਾਣਗੇ ਬਿਲਕੁਲ ਇਹਨੇ ਜਾਣਬੋਝ ਕੇ ਗਟਾਈ ਦਾ ਰੇਟ ਥੱਲੇ ਕਰ ਛੱਡਿਆ ਤੇ ਆਪਣੀ ਜਾਗ ਕਰਾਇ ਤੇ ਮਸ਼ੀਨ ਲੈ ਆਇਆ ਸਿਰਫ ਆਪਣੇ ਪੈਸੇ ਪਟੋਲਣ ਵਾਸਤੇ ਰਾਣਾ ਸਾਹਿਬ ਨੇ ਦੇਖੋ ਕੀਤਾ ਪਿੰਡ ਦਾ ਭਲਾ ਅੱਛਾ ਇਹ ਜਾ ਕੇ ਆਪਣੇ ਪਿੰਡੋਂ ਦੂਜੇ ਪਿੰਡ ਦੇ ਬੰਦੇ ਨੂੰ ਕੀ ਲੱਗੇ ਦੂਜੇ ਪਿੰਡ ਦਾ ਬੰਦਾ ਕੋਈ ਸਾਸ ਕਰਦਾ ਜੇ ਦੂਜੇ ਪਿੰਡ ਦਾ ਹਾਂ ਕਦੀ ਨਹੀਂ ਇਹ ਰਾਣਾ ਸਾਹਿਬ ਇਸ ਕੋਲ ਸਿਰਫ ਪਿਆਰ ਕਰਦੇ ਨੇ ਕਿ ਇਹਨਾਂ ਦੇ ਸਸਰਾਲ ਇੱਥੇ ਨੇ ਸਾਡੇ ਪੁੱਤਰ ਨੇ ਸਾਡੀ ਜਿੰਦ ਜਾਨ ਨੇ ਸਾਡਾ ਮੂੰਹ ਮੱਥਾ ਨੇ ਮੂਹ ਮਤਵੀ ਤਾਜਾ ਹਾ ਹਾ ਪੁੱਤਰ ਅੱਲਾ ਤੇਰੀਆਂ ਖੈਰਾਂ ਕਰੇ ਸਾਡਾ ਮੂੰਹ ਮੱਥਾ ਹੀ ਹੋਰ ਗਿਆ ਰਾਣਾ ਸਾਹਿਬ ਨੇ ਜਨਾਬ ਦੇਖੋ ਭਲਾ ਕੀਤਾ ਪਿੰਡ ਵਾਲਿਆਂ ਦਾ ਉਤੋਂ ਮੀਂਹ ਕਣੀ ਦਾ ਮੌਸਮ ਸੀ ਇਹ ਭੱਜੇ ਗਏ ਆਪਣੇ ਪਿੰਡੋਂ ਬੰਦੇ 25 ਇਕੱਠੇ ਕਰਕੇ ਨੇ ਆ ਗਏ ਇਹਨਾਂ ਨੇ ਫੌਰਨ ਕਟਾਈ ਸ਼ੁਰੂ ਕਰਾ ਮੇਰੇ ਤੇ ਇਤਰਾਜ਼ ਵੀ ਆਦਾ ਮੈਂ ਬੰਦੇ ਲਿਆ ਕੇ ਤੇ ਮੈਂ ਲੜਾਈ ਕਰਾਈ ਆ ਪਿੰਡ 'ਚ ਫਿਰ ਤੇ ਮੈਂ ਝੂਠਾ ਜਾਂ ਮੈਂ ਬੰਦਿਆਂ ਕੋਲੋਂ ਚੋਰੀ ਕਰਾਈ ਆ ਉਹ ਬੰਦਿਆਂ ਕੋਲੋਂ ਗੰਧਮ ਦੀ ਕਟਾਈ ਕਰਾਈ ਆ ਇਹ ਵੇਖੋ ਬਾਉ ਜੀ ਕੇ ਬੰਦੇ ਮੇਰੇ ਨਾਲ ਉਸ ਨਾਲ ਟੁਰ ਪਿਆ ਮੈਂ ਉਹਨਾਂ ਦੀ ਕੋਈ ਮੰਤ ਨਹੀਂ ਕੀਤੀ ਮੈਂ ਸਿਰਫ ਹੱਥ ਜੋੜਿਆ ਤੇ ਯਾ ਪੰਜਾਂ ਛਿਆਂ ਦੀ ਲੱਤਾਂ ਕੁੜੀਆਂ ਉਸ ਨਾਲ ਟੁਰ ਪਿਆ ਮੇਰੇ ਨਾਲ ਮੈਂ ਵੀ ਤੁਹਾਡੇ ਅੱਗੇ ਹੱਥ ਜੋੜਨਾ ਜਿਹੜਾ ਮਸ਼ੀਨ ਦਾ ਕਰਾਇਆ ਪਿਆ ਉਹ ਮੈਨੂੰ ਵਾਪਸ ਦਿਓ ਓਏ ਇੱਕ ਮਿੰਟ ਪੁੱਤਰ ਦੇਖੋ ਰਾਣਾ ਸਾਹਿਬ ਨੇ ਭਲਾ ਕੀਤਾ ਜੇ ਪਿੰਡ ਦਾ ਰੱਬ ਜਾਣਦਾ ਜੇ ਇਹਨੇ ਲਾਰਾ ਲਾਇਆ ਕਿ ਮਸ਼ੀਨ ਆਉਣ ਈ ਹੈ ਮਸ਼ੀਨ ਆਉਣ ਈ ਹੈ ਉਤੋਂ بارش ਆ ਗਈ ਮਸ਼ੀਨ ਨਹੀਂ ਆਈ ਰਾਣਾ ਸਾਹਿਬ ਨੇ ਫੌਰੀ ਤੌਰ ਤੇ ਬੰਦੇ ਲਾਗਦੇ ਅਗਣਿਆਂ ਦੀਆਂ ਫਜ਼ਲਾਂ ਵੱਡ ਕੇ ਪਰਾਂ ਲਾਂਬੇ ਕੀਤੀਆਂ بارش ਨਹੀਂ ਵੇਖੀ بارش ਨਹੀਂ ਵੇਖੀ ਬੋ ਜੀ بارش ਚ ਮੈਂ ਨਾਵਾ ਤਾਂ ਮੈਨੂੰ ਖੁਰਕ ਪੈ ਗਈ ਨਹੀਂ ਨਹੀਂ ਪੁੱਤਰ ਗੱਲ ਪਿੰਡ ਦੀ ਖਾਤਰ ਮੈਂ ਕਹਾਂ ਕੋਈ ਗੱਲ ਨਹੀਂ ਹਾਂ ਉਹ ਜੀ ਵੀ ਬਾਲ ਸ਼ਰਾਰਤਾਂ ਕਰਨ ਲਾ ਪੈਂਦੇ ਨੇ ਰਾਣਾ ਸਾਹਿਬ ਨੂੰ بارش ਚ ਛੇੜਨ ਲੱਗ ਪੈਂਦੇ ਨੇ ਕਾਲੀਆਂ ਇੱਟਾਂ ਕਾਲੇ ਰੋੜ ਆਹ ਵੀ ਵਸਾਦੇ ਜ਼ੋਰੋ ਦੌਰ ਰਾਣਾ ਸਾਹ ਨੇ ਪ੍ਰਵਾਣੀ ਕੀਤੀ ਇਹਨਾਂ ਕਿਹਾ ਕਿ ਚਾਚੀ ਉਹ ਗੱਲ ਏ ਵੇ ਕਿ ਕਣਕ ਆਰਾਮ ਨਾਲ ਸਾਂਭੀ ਜਾਵੇ بارش ਤੋਂ ਪਹਿਲੇ ਪਹਿਲੇ ਤੇ ਮੈਂ ਇਹ ਸਮਝਣਾ ਕਿ ਮੇਰੀ ਇੰਨੀ ਬੜੀ ਜਿੱਤ ਤੇ ਬਿਲਕੁਲ ਛੋਰੀ ਸਾਹਿਬ ਤੁਸੀਂ ਤਾਏ ਹੋਰਾਂ ਕੋਲੋਂ ਮਸ਼ੀਨ ਦਾ ਕਿਰਾਇਆ ਲੈ ਕੇ ਦੇਣਾ ਜੇ ਦੇਖ ਛਿਆਦੂ ਰਾਣੇ ਨੇ ਕੀਤਾ ਪੂਰੇ ਪਿੰਡ ਦਾ ਭਲਾ ਤੇ ਤੂੰ ਸਿਰਫ ਮੰਗ ਰਿਆ ਮਸ਼ੀਨ ਦਾ ਕਿਰਾਇਆ ਮੈਂ ਮਸ਼ੀਨ ਦਾ ਕੀ ਕਰਾਂ ਉਹਦੇ ਤੇ ਆਪਣਾ ਬਾਬਾ ਤੇ ਪਿੰਡ ਪਿੰਡ ਫਿਰ ਕੇ ਝੂਟੇ ਲਵੋ ਚੋਕੋ ਅੰਦਰ ਦਲੀਆਂ ਤੇ ਖੀਰ ਓਏ ਠਹਿਰ ਜਾ ਠਹਿਰ ਜਾ ਓ ਰਾਣਿਆਂ ਤੈਨੂੰ ਯੂ ਪਤਾ ਸੀ ਕਿ ਸ਼ਾਜਾਦੂ ਨੇ ਸ਼ਹਿਰੋਂ ਮਸ਼ੀਨ ਮਂਗਾਈ ਆ ਕਟਾਈ ਆਸਤੇ ਤੂੰ ਨਾਲ ਦੇ ਪਿੰਡੋਂ ਬੰਦੇ ਬੁਲਾ ਕੇ ਤੇ ਆਪਣੇ ਪਿੰਡ 'ਚ ਕਟਾਈ ਕਿਉਂ ਕਰਵਾਈ ਸੀਤਾ ਲੱਗਾ ਚੌਧਰੀ ਚੀਤਾ ਲੱਗਾ ਲੋ ਏ ਕਿਹੜਾ ਚੀਤਾ ਜਿਹਨੂੰ ਸ਼ੂਗਰ ਹੋਈ ਆ ਆ ਵਾਖੇ ਐਡਾ ਉਡਣ ਵਾਲਾ ਚੀਤਾ जे ते ते फिर मैन बबर शेर वैसे चौधरी साहब बात तो ठीक कर रहे हैं कि जब वो मशीन लेकर आ गए थे तो राणा साहब को क्या जरूरत थी 20 25 बंदे बुला के गंदुम की कटाई करवा दी वो सरकार गाल ही समझ नहीं गए ਪਿੰਡ ਵਾਲਿਆਂ ਦਾ ਫਾਇਦਾ ਸੋਚਦੇ ਨੇ ਹਮੇਸ਼ਾ ਰਾਣਾ ਸਾਹਿਬ ਆ ਉਹਨਾਂ ਨੇ ਵੀ ਤਾਂ ਫਾਇਦਾ ਸੋਚਿਆ ਗੰਧੂਮ ਦੀ ਕਟਾਈ ਕਰਾਣੇ ਦਾ ਬੌਜੀ ਇਹਨਾਂ ਕਿਹੜਾ ਫਾਇਦਾ ਸੋਚਿਆ ਔਰ ਇੱਕ ਕਦਮ ਮਸ਼ੀਨ ਆਉਣੀ ਹੈ ਤੇ ਕਦੋਂ ਕਟਾਈ ਸ਼ੁਰੂ ਹੋਣੀ ਹੈ ਇਨੀ ਦੇਰ ਨੂੰ ਉੱਤੋਂ ਬਾਰਿਸ਼ ਆ ਗਈ ਹੈ ਆ ਪਿੰਡ ਵਾਸਤੇ ਇਹਨਾਂ ਕਦੀ ਕੁਝ ਕੀਤਾ ਹੀ ਨਹੀਂ ਇਹਨਾਂ ਨੂੰ ਕੀ ਪਛਾਣ ਪਿੰਡ ਦੀ ਪਿੰਡ ਵਾਸਤੇ ਰਾਣਾ ਕੰਮ ਕਰਦਾ ਬੌਜੀ ਮਲੰਗੀ ਨੇ ਅੰਗਰੇਜ਼ ਭਜਾਤੇ ਸੀ ਆਪਣੇ ਪਿੰਡੋਂ ਆ ਇਹਨਾਂ ਨੂੰ ਕੀ ਪਤਾ ਉਹ ਘੰਟੇ ਬਾਅਦ ਤੇ ਤਾਲਾ ਮਸ਼ੀਨ ਆ ਗਈ ਸੀ ਕਿੰਨੀ ਕਿ ਦੇਰ ਲੱਗੀ ਏ ਉਹ ਛੱਡ ਦੇ ਗਲਤ ਗੱਲ ਨਾ ਕਰ 14 ਦਿਨਾਂ ਬਾਅਦ ਤੇਰੀ ਮਸ਼ੀਨ ਆ ਪੜੀ ਏ 4 ਦਿਨ ਪਹਿਲੇ ਵੀ ਰਾਣਾ ਸਾਹਿਬ ਨੇ ਬਾਢੀ ਸ਼ੁਰੂ ਕਰ ਦਿੱਤੀ ਸ਼ੁਰੂ ਕਰ ਦਿੱਤੀ ਫਸ ਗਈ ਜਾਨ ਸ਼ਕਸ਼ੇ ਅੰਦਰ ਇਹਨਾਂ ਕੀ ਕਰਨਾ ਮੈਂ ਤਾਂ ਚਾਚੇ ਦੀ ਦੁਕਾਨਾ ਹਰ ਵळे ਪਿੰਡ ਦਾ ਕੰਮ ਕਰਨਾ ਨਹੀਂ ਵੈਸੇ ਰਾਣਾ ਹੈ ਤਾਂ ਮੁੰਡਾ ਮਿਹਨਤੀ ਬਾਢੀ ਕਰਦਿਆਂ ਵਿੱਚੋਂ ਦੋ ਸੱਪ ਨਿਕਲੇ ਉਹ ਵੀ ਰਾਣੇ ਨੇ 6500 ਦੇ ਵੇਚੇ ਆ ਨੀ ਉਹਦੇ ਚਲਵਾ ਰੱਬ ਵੱਲੋਂ ਜਿਹੜਾ ਵਾਅਦਾ ਹੋ ਜਾਵੇ ਹੋ ਜਾਵੇ ਚਾਚਾ ਜਰੀਲੇ ਸੱਪ ਸੀ ਬੈਵੇਂ ਫਰੀ ਕਿਸਮ ਦੇ ਦ ਹ ਇੱਕ ਜਲੇਬੀ ਸੱਪ ਸੀ ਇੱਕ ਖੜੱਪਾ ਸੀ ਦੇਖੋ ਆਲੇ ਵਿੱਚ ਰਾਣਾ ਸਾਹਿਬ ਨੂੰ ਤੇ ਨਹੀਂ ਨਾ ਪਤਾ ਵਿੱਚੋਂ ਸੱਪ ਨਿਕਲ ਆਉਣੇ ਰਾਣਾ ਸਾਹਿਬ ਨੇ ਤੇ ਸਿਰਫ ਪਿੰਡ ਦੇ ਫਾਇਦੇ ਵਾਸਤੇ ਵਾਢੀ ਕੀ ਸ਼ੁਰੂ ਕੀਤੀ ਏ ਔਰ 25 ਬੰਦੇ ਆਪਣੇ ਪਿੰਡੋਂ ਲਿਆਣਾ ਮੈਂ ਸਮਝਣਾ ਇਹਨੂੰ ਕਹੋ ਇਹਦੇ ਨਾਲਾ ਭਤੀਜੇ ਮੇਰੇ ਨਾਲ ਅਗਰ ਆਪਣੇ ਪਿੰਡ ਦੇ 4 ਬੰਦੇ ਵੀ ਟੁਰਨ ਨਾ ਤੇ ਮੈਨੂੰ ਪੁੰਜੇ ਬਾਹ ਲੈਣਾ ਹਾਂ ਗੱਲ ਕੀਤੀ 4 ਬੰਦੇ ਉਹ ਮੈਂ ਤਾਂ 250 ਬੰਦੇ ਇਕੱਠੇ ਕਰਦਿਆਂ ਉਹ ਜਾਣਦੇ ਪੁੱਤਰ ਆਪੇ ਉਹ ਤੇਰੇ ਨੇ ਕਾਉਂਸਲਰ ਦਾ ਇਲੈਕਸ਼ਨ ਲੜਿਆ ਸੀ 8 ਵੋਟ ਇਹਨੂੰ ਪਏ ਹਨ ਹਾਂ ਅੱਲਾ ਤੁਹਾਡੇ ਆਪਣੇ ਘਰ ਦੇ ਬੰਦੇ ਨਾ ਨੇ